हेलो, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਹੋਪਫੁਲੀ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਅੱਛੀ ਲੱਗੀ ਹੋਊਗੀ, ਜਿਸ 'ਚ ਮੈਂ ਤੁਹਾਨੂੰ ਦੱਸਿਆ ਕਿ 10 ਜੌਬ ਜਿਹੜੀਆਂ ਹੈਗੀਆਂ ਨੋਵਾ ਸਕੋਸ਼ੀਆ ਜਾਂ ਕੈਨੇਡਾ ਦੇ ਵਿੱਚ ਤੁਸੀਂ ਪਾਰਟ ਟਾਈਮ ਜੌਬਸ ਜਿਹੜੀਆਂ ਲੱਭ ਸਕਦੇ ਹੋ, ਤੇ ਕਿਵੇਂ ਕਿਵੇਂ ਉਹਦੇ ਵਿੱਚ ਹੈਗਾ ਉਹ ਤੁਸੀਂ ਮੇਰੀ ਪਹਿਲਾਂ ਵਾਲੀ ਵੀਡੀਓ ਦੇਖ ਸਕਦੇ ਹੋ। ਜੇ ਤੁਹਾਨੂੰ ਨਹੀਂ ਵੇਖੀ ਮੈਂ ਥੱਲੇ ਡਿਸਕ੍ਰਿਪਸ਼ਨ 'ਚ ਪਾ ਦੂੰਗੀ। ਤੇ ਅੱਜ ਵਾਲੀ ਵੀਡੀਓ 'ਚ ਮੈਂ ਪ੍ਰੋਮਿਸ ਕੀਤਾ ਸੀ ਲਾਸਟ ਵੀਡੀਓ ਦੇ ਵਿੱਚ ਕਿ ਅਸੀਂ ਬਣਾਉਣਾ ਸਿੱਖਾਂਗੇ ਰੈਜ਼ਿਊਮੇ, ਰੈਜ਼ਿਊਮੇ ਵੀ ਕਹਿ ਦਿੰਦੇ ਇੱਥੇ ਨੋਵਾ ਸਕੋਸ਼ੀਆ ਦੇ ਵਿੱਚ, ਅਮੈਰੀਕਨ ਐਕਸੈਂਟ ਦੇ ਵਿੱਚ ਉਹਨੂੰ ਰੈਜ਼ਿਊਮੇ ਕਹਿ ਦਿੰਦੇ ਆ ਕਿ ਰੈਜ਼ਿਊਮੇ, ਆਪਾਂ ਰਿਜ਼ਿਊਮ ਕਹਿ ਦਿੰਦੇ ਹਾਂ, ਇੱਥੇ ਰੈਜ਼ਿਊਮੇ ਕਹਿ ਦਿੰਦੇ ਆ। ਸੋ ਮੈਂ ਤੁਹਾਨੂੰ ਦੱਸੂੰਗੀ ਕਿ ਬੜਾ ਸਿੰਪਲ ਤਰੀਕਾ ਦੱਸੂੰਗੀ ਕਿ ਰੈਜ਼ਿਊਮੇ ਬਣਾਉਣਾ ਕਿੱਦਾਂ ਆ। ਸੋ ਆਪਾਂ ਬਿਫੋਰ ਆਪਾਂ ਉਹਦੇ ਵਿੱਚ ਜਾਈਏ, ਉਹਦੇ 'ਚ ਪਹਿਲਾਂ ਮੈਂ ਤੁਹਾਨੂੰ ਕੁਛ ਦੱਸਣਾ ਚਾਹੁੰਦੀ ਹਾਂ, ਤੇ ਚਲੋ ਆਪਾਂ ਗੱਲਾਂ ਕਰਦੇ ਹਾਂ ਸ਼ੁਰੂ। ਸੋ ਅਸੀਂ ਦੇਖਦੇ ਹਾਂ ਕਿ ਸਭ ਤੋਂ ਪਹਿਲਾਂ ਆਪਣਾ ਕੁਐਸਚਨ ਹੁੰਦਾ ਹੈ ਕਿ ਕਿੰਨੇ ਪੇਜ ਦਾ ਰੈਜ਼ਿਊਮੇ ਬਣਾਈਏ, ਹੈ ਨਾ। ਤੇ ਮੈਂ ਤੁਹਾਨੂੰ ਸੁਜੈਸਟ ਕਰੂੰਗੀ ਕਿ ਇੱਕ ਪੇਜ ਦਾ ਰੈਜ਼ਿਊਮੇ ਮੋਰ ਦੈਨ ਇਨਾਫ ਹੈ, ਇੱਕ ਪੇਜ ਤੋਂ ਜ਼ਿਆਦਾ ਨਾ ਬਣਾਓ, ਉਹਦਾ ਕੋਈ ਫਾਇਦਾ ਨਹੀਂ, ਇੱਕ ਪੇਜ ਬਹੁਤ ਹੁੰਦਾ ਆ। ਸੋ ਜਿਹੜਾ ਇੰਪਲੋਇਰ ਆ ਉਹ ਆਪਣਾ ਜਿਹੜਾ ਰੈਜ਼ਿਊਮੇ ਆ 6 ਤੋਂ 7 ਸੈਕਿੰਡ ਲਈ ਵੇਖੂਗਾ, ਤੇ ਉਸ ਤੋਂ ਜ਼ਿਆਦਾ ਜਿਹੜੀ ਹੈਗੀ ਆ ਆਪਣੀ ਪਰਸਨੈਲਿਟੀ ਅਤੇ ਆਪਣੀ ਇੰਟਰਵਿਊ 'ਤੇ ਵੀ ਡਿਪੈਂਡ ਕਰਦਾ ਹੈ ਵੀ ਆਪਾਂ ਕਿਸ ਤਰ੍ਹਾਂ ਕਰਦੇ ਹਾਂ। ਬੜਾ ਸੌਖੀ ਇੰਟਰਵਿਊ ਹੁੰਦੀ ਹੈ, ਕੋਈ ਜ਼ਿਆਦਾ ਡਰਨ ਵਾਲੀ ਗੱਲ ਨਹੀਂ ਹੈਗੀ। ਤੇ ਇਸ ਵੀਡੀਓ ਦੇ ਵਿੱਚ ਆਪਾਂ ਜਿਹੜਾ ਗੱਲ ਕਰਦੇ ਹਾਂ ਕਿ ਰੈਜ਼ਿਊਮੇ ਕਿੱਦਾਂ ਬਣਾਉਣਾ। ਸੋ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 10 ਤਰ੍ਹਾਂ ਦੀਆਂ ਜੌਬਸ ਜਿਹੜੀਆਂ ਹੈਗੀਆਂ, ਉਹਦੇ ਵਿੱਚ ਕਾਫੀ ਅੱਗੇ ਸਬ ਕੈਟਾਗਰੀਜ਼ ਵੀ ਆਉਂਦੀਆਂ, ਜਿਹੜੀ ਮੈਂ ਵੀਡੀਓ ਤੁਹਾਨੂੰ ਦੱਸੀ ਹੈ ਨਾ, ਤਾਂ 10 ਕੈਟਾਗਰੀਜ਼ ਦੇ ਵਿੱਚ ਕਾਫੀ ਸਬ ਕੈਟਾਗਰੀਜ਼ ਵੀ ਆਉਂਦੀਆਂ। ਸੋ ਡਿਪੈਂਡਸ ਔਨ ਤੁਸੀਂ ਕਿਹੜੀ ਜੌਬ ਲਈ ਅਪਲਾਈ ਕਰ ਰਹੇ ਹੋ, ਹੈ ਨਾ। ਤੁਸੀਂ ਅਕੋਰਡਿੰਗ ਟੂ ਦੈਟ ਜੌਬ ਤੁਸੀਂ ਆਪਣਾ ਰੈਜ਼ਿਊਮੇ ਨੂੰ ਥੋੜ੍ਹਾ ਬਹੁਤ ਜਿਹੜੀ ਉਹਦੀ ਡੀਟੇਲਸ ਆ ਉਹਨੂੰ ਥੋੜ੍ਹਾ ਬਹੁਤ ਚੇਂਜ ਕਰ ਦਿਉ, ਤਾਂ ਕਿ ਉਹ ਜਿਹੜਾ ਤੁਹਾਨੂੰ ਇੰਪਲੋਇਰ ਤੁਹਾਡੇ ਰੈਜ਼ਿਊਮੇ ਪੜ੍ਹ ਰਿਹਾ ਉਹਨੂੰ ਥੋੜ੍ਹਾ ਸੌਖਾ ਲੱਗੇ, ਉਹਨੂੰ ਥੋੜ੍ਹਾ ਇਹ ਦੇਖ ਸਕੇ ਕਿ ਤੁਸੀਂ ਉਹਨਾਂ ਦੇ ਉਹਦੀ ਟੀਮ ਦੇ ਵਿੱਚ ਜਿਹੜਾ ਹੈਗਾ ਫਿੱਟ ਹੋ ਸਕਦੇ ਹੋ ਅਤੇ ਤੁਹਾਨੂੰ ਹਾਇਰ ਕਰ ਲਏ, ਹੈ ਨਾ। ਸੋ ਬੇਸਿਕਲੀ ਇਹ ਇੱਕ ਹੈਗਾ ਜਿਹੜਾ ਰੈਜ਼ਿਊਮੇ ਬਣਾਉਣ ਦਾ ਬੇਸ। ਹੋਰ ਜਿਹੜਾ ਆਪਣਾ ਗੋਲ ਆ ਕਿ ਆਪਾਂ ਈਜ਼ਲੀ ਐਕਸਪਲੇਨ ਕਰ ਦਈਏ ਕਿ ਸਾਡੀ ਕੁਆਲੀਫਿਕੇਸ਼ਨ ਕੀ ਹੈ, ਕੈਪੇਬਿਲਿਟੀਜ਼ ਕੀ ਹੈ, ਸਾਨੂੰ ਜ਼ਿਆਦਾ ਜਿਹੜਾ ਅਗਲੇ ਦਾ ਟਾਈਮ ਨਾ ਲੈਣਾ ਪਵੇ। ਥੋੜ੍ਹੇ ਥੋੜ੍ਹੇ ਸੈਕਿੰਡ ਲਈ ਉਹ ਦੇਖ ਕੇ 6-7 ਸੈਕਿੰਡ ਲਈ ਤੁਹਾਡਾ ਰੈਜ਼ਿਊਮੇ ਵੇਖੂ, ਉਸ ਤੋਂ ਬਾਅਦ ਤੁਹਾਨੂੰ ਉਸ ਤਰ੍ਹਾਂ ਦੇ ਸਵਾਲ ਪੁੱਛੂਗਾ। ਸੋ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਤੁਹਾਨੂੰ ਦੱਸਦੀ ਹਾਂ ਕਿ ਆਪਾਂ ਟੋਟਲ 6 ਜਿਹੜੀਆਂ ਚੀਜ਼ਾਂ ਆਪਾਂ ਪਾਉਣੀਆਂ, 6 ਜਿਹੜੀਆਂ ਪੁਆਇੰਟਸ ਜਿਹੜੇ ਹੈਗੇ ਆ ਆਪਾਂ ਐਕਸਪਲੇਨ ਕਰਾਂਗੇ ਇਸ ਵੀਡੀਓ ਦੇ ਵਿੱਚ। ਸੋ ਤੁਸੀਂ ਆਪਣੀ ਜਿਹੜੀ ਨੋਟਬੁੱਕ ਵਗੈਰਾ ਚੱਕ ਲਓ ਤਾਂ ਕਿ ਤੁਸੀਂ ਨੋਟ ਡਾਊਨ ਕਰ ਲਓ ਨਾਲ ਨਾਲ। ਸੋ ਪਹਿਲਾਂ ਜਿਹੜਾ ਆਪਾਂ ਲਿਖਾਂਗੇ, ਸਭ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਲਿਖਿਆ ਹੋਇਆ ਤਾਂ ਕਿ ਤੁਹਾਨੂੰ ਸੌਖਾ ਹੋ ਜਾਏ। ਸੋ ਸਭ ਤੋਂ ਪਹਿਲਾਂ ਅਸੀਂ ਉੱਪਰ ਜਿਹੜਾ ਲਿਖਾਂਗੇ ਆਪਣਾ ਨਾਮ ਲਿਖ ਦਾਂਗੇ ਸੈਂਟਰ ਦੇ ਵਿੱਚ। ਸੋ ਇਹ ਜਿਹੜਾ ਆਪਾਂ ਰੈਜ਼ਿਊਮੇ ਬਣਾਉਣਾ ਹੈ ਸਾਨੂੰ ਹੱਥ ਨਾਲ ਲਿਖਣ ਦੀ ਲੋੜ ਨਹੀਂ ਹੈਗੀ, ਤੁਸੀਂ ਵਰਡ ਡਾਕੂਮੈਂਟ ਦੇ ਵਿੱਚ ਜਾ ਕੇ ਰੈਜ਼ਿਊਮੇ ਜਿਹੜਾ ਆਪਣਾ ਲਿਖ ਸਕਦੇ ਹੋ ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹਨੂੰ ਪ੍ਰਿੰਟ ਕਰ ਸਕਦੇ ਹੋ, ਠੀਕ ਹੈ। ਪ੍ਰਿੰਟ ਇੱਥੇ ਸ਼ੋਪਸ ਹੁੰਦੀਆਂ ਨੇ ਉੱਥੋਂ ਤੁਸੀਂ ਪ੍ਰਿੰਟ ਕਰਵਾ ਲਓ, ਤਾਂ ਇਹ ਤਾਂ ਤੁਹਾਨੂੰ ਮੈਂ ਵੈਸੇ ਲਿਖ ਕੇ ਦੱਸਿਆ। ਸੋ ਜਿਹੜਾ ਸੈਂਟਰ 'ਤੇ ਤੁਸੀਂ ਆਪਣਾ ਨਾਮ ਲਿਖਤਾ, ਚਾਹੇ ਤੁਸੀਂ ਸੈਂਟਰ 'ਤੇ ਲਿਖ ਦਿਓ ਚਾਹੇ ਤੁਸੀਂ ਸਾਈਡ 'ਤੇ ਲਿਖ ਦਿਓ, ਕੋਈ ਚੱਕਰ ਨਹੀਂ ਹੈਗਾ, ਪਰ ਸੈਂਟਰ 'ਤੇ ਲਿਖ ਦਿਓ ਅਤੇ ਕੈਪੀਟਲ ਅੱਖਰ ਦੇ ਵਿੱਚ ਲਿਖ ਦਿਓ ਅਤੇ ਉਹਨੂੰ ਬੋਲਡ ਕਰ ਦਿਓ, ਡਾਰਕ ਕਰ ਦਿਓ ਥੋੜ੍ਹਾ ਜਿਹਾ। ਅਤੇ ਕੰਟੈਕਟ ਜਿਹੜਾ ਹੈਗਾ ਤੁਸੀਂ ਨੋਰਮਲ ਕੰਟੈਕਟ ਲਿਖ ਕੇ ਉਹਦੇ ਵਿੱਚ ਤੁਸੀਂ ਫੋਨ ਨੰਬਰ ਅਤੇ ਈਮੇਲ ਦੇ ਦਿਓ ਆਪਣੀ। ਫੋਨ ਨੰਬਰ ਦੋ ਚੀਜ਼ਾਂ ਦੇ ਦਿਓ, ਦੋ ਚੀਜ਼ਾਂ ਕੰਟੈਕਟ, ਇਹ ਆਪਣਾ ਪਹਿਲਾ ਪੁਆਇੰਟ ਆ, ਉਹਦੇ ਵਿੱਚ ਅਸੀਂ ਆਪਣੀ ਕੰਟੈਕਟ ਇਨਫੋਰਮੇਸ਼ਨ ਦੇਣੀ ਹੈ, ਈਮੇਲ ਅਤੇ ਫੋਨ ਨੰਬਰ। ਇਹ ਜਿਹੜੀ ਆਪਣੀ ਪੂਰੀ ਵੀਡੀਓ ਪਾਰਟ ਟਾਈਮ ਜੌਬਸ ਲਈ ਹੈ, ਫੁੱਲ ਟਾਈਮ ਜੌਬ ਲਈ ਹੋਰ ਤਰ੍ਹਾਂ ਦਾ ਥੋੜ੍ਹਾ ਜਿਹੜਾ ਹੈਗਾ ਰੈਜ਼ਿਊਮੇ ਬਣਦਾ ਆ। ਸੋ ਇਹਦੇ ਵਿੱਚ ਅਸੀਂ ਪਹਿਲਾਂ ਜਿਹੜਾ ਹੈਗਾ ਕੰਟੈਕਟ ਇਨਫੋਰਮੇਸ਼ਨ ਜ਼ਰੂਰ ਦਿਓ, ਆਪਣੀ ਈਮੇਲ ਤੁਹਾਡੀ ਸੋਹਣੀ ਜਿਹੀ ਈਮੇਲ ਹੋਣੀ ਚਾਹੀਦੀ ਹੈ, ਕੋਈ ਮਤਲਬ ਵੇਖਣ 'ਚ ਫੇਕ ਜਿਹੀ ਈਮੇਲ ਨਹੀਂ ਲੱਗਣੀ ਚਾਹੀਦੀ, ਥੋੜ੍ਹਾ ਬਹੁਤ ਆਪਣਾ ਨਾਮ ਮੈਨਸ਼ਨ ਹੋਵੇ ਉਹਦੇ ਵਿੱਚ ਨਾ, ਅਤੇ ਫੋਨ ਨੰਬਰ ਹੋਵੇ ਕੈਨੇਡਾ ਦਾ। ਅਤੇ ਜਿਹੜਾ ਹੈਗਾ ਦੂਸਰਾ ਹੈਗਾ ਆਪਣਾ ਕਰੀਅਰ ਓਬਜੈਕਟਿਵ। ਸੋ ਕਰੀਅਰ ਓਬਜੈਕਟਿਵ ਜਿਹੜਾ ਹੈਗਾ ਤੁਸੀਂ ਜਦੋਂ ਕਿਸੇ ਜੌਬ ਲਈ ਅਪਲਾਈ ਕਰ ਰਹੇ ਹੋ ਨਾ, ਤੁਸੀਂ ਉਸ ਟਾਈਟਲ ਜਿਹੜਾ ਵੀ ਟਾਈਟਲ ਲਈ ਤੁਸੀਂ ਜੌਬ ਅਪਲਾਈ ਕਰ ਰਹੇ ਹੋ ਤੁਸੀਂ ਉਸ ਤਰ੍ਹਾਂ ਦਾ ਹੀ ਆਪਣਾ ਜਿਹੜਾ ਹੈਗਾ ਕਰੀਅਰ ਓਬਜੈਕਟਿਵ ਪਾਓ, ਕਿਉਂਕਿ ਤੁਹਾਨੂੰ ਉਹੀ ਬੰਦੇ ਨੂੰ ਹਾਇਰ ਕਰਨਗੇ ਜਿਹੜਾ ਬੰਦਾ ਉਹਨਾਂ ਦੀ ਜੌਬ ਦੇ ਵਿੱਚ ਇੰਟਰਸਟਡ ਹੈ। ਜੇ ਤੁਸੀਂ ਜੌਬ ਅਪਲਾਈ ਕਰ ਰਹੇ ਹੋ ਇੱਕ ਚੀਜ਼ ਲਈ ਪਰ ਤੁਸੀਂ ਓਬਜੈਕਟਿਵ ਤੁਹਾਡਾ ਕਰੀਅਰ ਦਾ ਕੋਈ ਹੋਰ ਹੈ, ਤਾਂ ਉਹ ਕਹਿਣਗੇ ਇਹ ਬੰਦਾ ਸਾਡੇ ਕਿਉਂ ਅਪਲਾਈ ਕਰ ਰਿਹਾ, ਅਸੀਂ ਇਹਨੂੰ ਰੱਖਣਾ ਹੀ ਨਹੀਂ ਚਾਹੁੰਦੇ। ਉਹ ਉਸੇ ਬੰਦੇ ਨੂੰ ਰੱਖਦੇ ਆ ਜਿਹੜਾ ਬੰਦਾ ਉਹਨਾਂ ਦੀ ਜੌਬ ਦੇ ਵਿੱਚ ਇੰਟਰਸਟਡ ਹੁੰਦਾ। ਸੋ ਮੇਕ ਸ਼ੋਰ ਕਿ ਤੁਹਾਡਾ ਜਿਹੜਾ ਓਬਜੈਕਟਿਵ ਹੈ ਉਹ ਹੀ ਹੋਵੇ ਕਿ ਤੁਸੀਂ ਲੱਗ ਦਿਓ ਕਿ ਟੂ ਅਕਵਾਇਰ ਅ ਜੌਬ ਇਨ ਸਿਕਿਉਰਿਟੀ ਗਾਰਡ, ਟੂ ਅਕਵਾਇਰ ਅ ਜੌਬ ਇਨ ਯੂਨੋ ਕੈਸ਼ੀਅਰ, ਕਸਟਮਰ ਸਰਵਿਸ, ਯੂਨੋ। ਸੋ ਉਸ ਤਰ੍ਹਾਂ ਦਾ ਹੀ ਜਿਹੜਾ ਆਪਣਾ ਓਬਜੈਕਟਿਵ ਪਾਇਓ, ਇਹ ਨਾ ਹੋਵੇ ਕਿ ਤੁਸੀਂ ਜੌਬ ਸਿਕਿਉਰਿਟੀ ਗਾਰਡ ਲਈ ਅਪਲਾਈ ਕਰ ਰਹੇ ਹੋ ਅਤੇ ਤੁਸੀਂ ਜਿਹੜਾ ਕਰੀਅਰ ਓਬਜੈਕਟਿਵ ਹੈ ਜਿਹੜਾ ਪੇਂਟਰ ਦਾ ਪਾ ਰਹੇ ਹੋ, ਹੈ ਨਾ। ਦੋ ਗੱਲਾਂ ਬਹੁਤ ਅਲੱਗ ਅਲੱਗ ਹੋ ਜਾਂਦੀਆਂ। ਸੋ ਇਹ ਤੁਹਾਨੂੰ ਥੋੜ੍ਹਾ ਜਿਹਾ ਦੱਸਿਆ
ਤੀਸਰਾ ਜਿਹੜਾ ਹੈਗਾ ਆਪਣਾ ਵਰਕ ਐਕਸਪੀਰੀਅੰਸ। ਸੋ ਵਰਕ ਐਕਸਪੀਰੀਅੰਸ ਦੇ ਵਿੱਚ ਅਸੀਂ ਇੱਕ ਐਕਸਪੀਰੀਅੰਸ ਵੀ ਪਾ ਸਕਦੇ ਹਾਂ, ਦੋ ਵੀ ਪਾ ਸਕਦੇ ਹਾਂ, ਤਿੰਨ ਵੀ ਪਾ ਸਕਦੇ ਹਾਂ। ਤਾਂ ਪਹਿਲੀ ਗੱਲ ਤਾਂ ਹੈਗੀ ਆ, ਆਪਾਂ ਸਭ ਤੋਂ ਟੌਪ ਤੇ ਜਿਹੜੀ ਵਰਕ ਐਕਸਪੀਰੀਅੰਸ ਦੇ ਵਿੱਚ ਕੰਪਨੀ ਨੇਮ ਪਾਉਣਾ ਆ, ਉਹ ਲੇਟੈਸਟ ਕੰਪਨੀ ਹੋਣੀ ਚਾਹੀਦੀ ਹੈ। ਮੰਨ ਲਓ ਤੁਸੀਂ ਪਹਿਲੀ ਵਾਰ ਜੋਬ ਅਪਲਾਈ ਕਰ ਰਹੇ ਹੋ, ਤਾਂ ਤੁਹਾਡੀ ਜਿਹੜੀ ਪਹਿਲਾਂ ਤੁਹਾਡੀ ਜੋਬ ਸੀਗੀ, ਮੰਨ ਲਓ 6 ਮੰਥ ਤੁਸੀਂ ਇੰਡੀਆ ਦੇ ਵਿੱਚ ਕੰਮ ਕੀਤਾ, ਨਹੀਂ ਵੀ ਕੀਤਾ ਜੇ ਕਰ ਸਕਦੇ ਹੋ ਤੁਸੀਂ ਥੋੜ੍ਹਾ ਐਕਸਪੀਰੀਅੰਸ ਪਾ ਲਓ ਕਿ ਉੱਥੇ ਮੈਂ ਇੰਡੀਆ 'ਚ 6 ਮਹੀਨੇ ਇਸ ਕੰਪਨੀ 'ਚ ਕੰਮ ਕੀਤਾ ਸੀਗਾ ਤੁਸੀਂ, ਪਰ ਤੁਸੀਂ ਉਹੀ ਐਕਸਪੀਰੀਅੰਸ ਇੱਥੇ ਪਾਉਣਾ ਜਿਹੜਾ ਤੁਸੀਂ ਲੇਟੈਸਟ ਹੈ ਤੁਹਾਡਾ। ਜੇ ਤੁਸੀਂ 2 ਕੰਪਨੀਸ ਪਾਉਣੀਆਂ ਤਾਂ ਤੁਸੀਂ ਪਹਿਲ 'ਤੇ ਜਿਹੜਾ ਪਾਓਗੇ ਥੋੜ੍ਹਾ ਲੇਟੈਸਟ ਹੋਣਾ ਚਾਹੀਦਾ, ਜਿਹੜਾ 2nd ਨੰਬਰ 'ਤੇ ਪਾਓਗੇ ਤੁਸੀਂ ਉਸ ਤੋਂ ਪੁਰਾਣਾ ਹੋਣਾ ਚਾਹੀਦਾ। ਸੋ ਇੱਦਾਂ ਤੁਸੀਂ ਪਾਓਗੇ। ਅਤੇ ਕੰਪਨੀ ਨੇਮ ਦੇ ਵਿੱਚ ਤੁਸੀਂ, ਸੋ ਵਰਕ ਐਕਸਪੀਰੀਅੰਸ ਦੇ ਵਿੱਚ ਵਰਕ ਐਕਸਪੀਰੀਅੰਸ ਆਪਣਾ ਤੀਸਰਾ ਪੁਆਇੰਟ ਹੈ, ਉਹਦੇ ਵਿੱਚ ਅਸੀਂ ਅੱਗੇ 2 ਪੁਆਇੰਟ ਬਣਾ ਲਓ, 3 ਬਣਾ ਲਓ, ਕੋਈ ਫਰਕ ਨਹੀਂ ਪੈਂਦਾ। ਅਤੇ ਤੁਹਾਨੂੰ ਜੇ ਮੰਨ ਲਓ ਕਿਸੇ ਕੰਪਨੀ 'ਚ ਤੁਸੀਂ 8 ਦਿਨ ਲਈ ਕੰਮ ਕੀਤਾ, ਤੁਹਾਨੂੰ ਉਹ ਐਕਸਪੀਰੀਅੰਸ ਪਾਉਣ ਦੀ ਲੋੜ ਨਹੀਂ ਹੈਗੀ, ਕਿਉਂਕਿ ਇਹ ਥੋੜ੍ਹਾ ਨੈਗੇਟਿਵ ਹੋ ਜਾਂਦਾ, ਕਹਿਣਗੇ ਕਿ ਤੁਸੀਂ ਇੱਕ ਕੰਪਨੀ ਦੇ ਵਿੱਚ 8 ਦਿਨ ਵੀ ਨਹੀਂ ਟਿਕ ਪਾਏ, ਹੈ ਨਾ, ਅਤੇ ਇਹ ਥੋੜ੍ਹਾ ਵਧੀਆ ਨਹੀਂ ਹੈਗਾ, ਤੁਸੀਂ ਉਹਨੂੰ ਨਾ ਹੀ ਪਾਓ ਤਾਂ ਚੰਗੀ ਗੱਲ ਹੈ। ਸੋ ਪਹਿਲਾਂ ਅਸੀਂ ਕੰਪਨੀ ਦਾ ਨੇਮ ਪਾਤਾ, ਜੇ ਤੀਸਰਾ ਪੁਆਇੰਟ ਜਿਹੜਾ ਵਰਕ ਐਕਸਪੀਰੀਅੰਸ ਉਹਦੇ ਵਿੱਚ ਅਸੀਂ ਪਹਿਲਾਂ ਇੱਕ ਕੰਪਨੀ ਪਾਵਾਂਗੇ ਜਿਹੜੀ ਲੇਟੈਸਟ ਹੈ, ਉਹਦੇ ਵਿੱਚ ਅਸੀਂ ਕੰਪਨੀ ਦਾ ਨਾਮ ਪਾਤਾ, ਕਿੱਥੇ ਹੈ, ਵੇਅਰ, ਲੋਕੇਸ਼ਨ ਪਾਤੀ, ਹੈ ਨਾ, ਹੈਲੀਫੈਕਸ 'ਚ ਹੈ, ਡਾਰਟਮਥ 'ਚ ਹੈ, ਇੰਡੀਆ 'ਚ ਹੈ, ਕਿਤੇ ਵੀ ਆ, ਉਹਦਾ ਸਿਟੀ ਦਾ ਨਾਮ ਪਾਤਾ। ਉਹਦੇ ਬਾਅਦ ਕਿੰਨੇ ਟਾਈਮ ਲਈ ਤੁਸੀਂ ਉੱਥੇ ਕੰਮ ਕੀਤਾ, ਫਰੋਮ ਟੂ, ਮਤਲਬ ਇਹ ਪਾਉਣਾ ਕਿ ਕਿੰਨੇ ਟਾਈਮ ਲਈ ਤੁਸੀਂ ਉੱਥੇ ਕੰਮ ਕੀਤਾ। ਫਿਰ ਉਹਦੇ ਵਿੱਚ ਤੁਸੀਂ ਅੱਗੇ 2 ਜਾਂ 3 ਪੁਆਇੰਟਸ ਬਣਾ ਦਿਓ ਉਹਦੇ ਵਿੱਚ, ਨੀਚੇ ਜਾ ਕੇ ਕੰਪਨੀ ਦੇ, ਕੰਪਨੀ ਦਾ ਹੈਡਲਾਈਨ ਬਣਾ ਕੇ ਸਿਟੀ ਵੀ ਨਾਲ ਹੀ ਲਿਖ ਦਿਓ, ਡੇਟ ਵੀ ਨਾਲ ਲਿਖ ਦਿਓ, ਫਿਰ ਥੱਲੇ ਉਹਦੇ 3 ਪੁਆਇੰਟ ਬਣਾ ਦਿਓ। 3 ਪੁਆਇੰਟ ਦੇ ਵਿੱਚ ਤੁਸੀਂ ਲਿਖ ਦਿਓ ਕਿ ਤੁਸੀਂ ਕੀ ਕੰਮ ਕੀਤਾ ਉੱਥੇ। ਮੈਂ ਇਸ ਦੇ ਵਿੱਚ 2 ਐਗਜ਼ਾਮਪਲਸ ਦੇ ਰਹੀ ਹਾਂ। ਮੰਨ ਲਓ ਤੁਸੀਂ ਸਿਕਿਉਰਿਟੀ ਗਾਰਡ ਦਾ ਕੰਮ ਕੀਤਾ, ਤਾਂ ਸਿਕਿਉਰਿਟੀ ਗਾਰਡ ਦੇ ਵਿੱਚ ਮੈਂ 3 ਪੁਆਇੰਟ ਲਿਖਿਆ ਕਿ ਜਿੱਦਾਂ ਪਹਿਲਾ ਪੁਆਇੰਟ ਮੈਂ ਲਿਖਿਆ ਕਿ ਮੋਨੀਟਰ ਐਂਟਰੈਂਸਿਸ ਟੂ ਅਸਿਸਟ ਇਨ ਇਨਵੈਸਟੀਗੇਸ਼ਨਸ, ਹੈ ਨਾ। ਸਿਕਿਉਰਿਟੀ ਗਾਰਡ ਕੀ ਕਰਦਾ, ਜਿਹੜੇ ਐਂਟਰੈਂਸ ਦੇ ਲੋਕ ਆਉਂਦੇ ਉਹਨਾਂ ਨੂੰ ਮੋਨੀਟਰ ਕਰਦਾ ਕਿ ਕੋਈ, ਹੈ ਨਾ, ਗਲਤ ਬੰਦਾ ਤਾਂ ਨਹੀਂ ਆ ਰਿਹਾ, ਜਾਂ ਇਨਵੈਸਟੀਗੇਸ਼ਨਸ ਵਗੈਰਾ ਦੇ ਵਿੱਚ ਵੀ ਅਸਿਸਟ ਕਰਦੇ ਆ। ਦੂਸਰਾ ਪੁਆਇੰਟ ਮੈਂ ਲਿਖਤਾ ਕਿ ਚੈੱਕ ਇਨ, ਚੈੱਕ ਫੋਰ ਬ੍ਰੇਕ ਇਨਸ, ਜਦੋਂ ਵੀ ਕੋਈ ਆਉਂਦਾ ਆ ਜਾਂ ਬਾਹਰ ਜਾਂਦਾ ਇੱਧਰ ਉੱਧਰ, ਕੋਈ ਬ੍ਰੇਕ ਇਨਸ ਹੁੰਦੇ ਆ, ਮੰਨ ਲਓ ਕੋਈ ਕਿਸੇ ਨੇ ਸ਼ੀਸ਼ਾ ਸ਼ੂਸ਼ਾ ਤੋੜ ਕੇ ਅੰਦਰ ਆ ਗਏ, ਇੱਦਾਂ ਦੇ, ਪੂਰਾ ਧਿਆਨ ਰੱਖਣਾ ਵੀ ਕੋਈ ਇੱਥੇ ਲੁੱਟ ਤਾਂ ਨਹੀਂ ਕਰ ਰਿਹਾ। ਫਿਰ ਤੀਸਰਾ ਪੁਆਇੰਟ ਹੈਗਾ ਚੈੱਕ ਫੋਰ CCTV ਰਿਕਾਰਡਿੰਗ, ਜਿਹੜੇ CCTV ਲੱਗੇ ਹੁੰਦੇ ਆ, ਕੈਮਰਾ ਲੱਗੇ ਹੁੰਦੇ ਆ, ਮੋਨੀਟਰ ਕਰਨਾ ਸਾਰਿਆਂ ਨੂੰ ਕਿ ਸਾਰਾ ਕੁਛ ਸਹੀ ਚੱਲ ਰਿਹਾ ਜਾਂ ਨਹੀਂ। ਇਹ ਸਿਰਫ ਮੈਂ ਤੁਹਾਨੂੰ ਪੁਆਇੰਟ ਦੱਸਿਆ, ਤੁਹਾਨੂੰ ਇਹ ਲਿਖਣ ਦੀ ਜ਼ਰੂਰਤ ਨਹੀਂ ਹੈਗੀ। ਪਲੀਜ਼, ਮੈਂ ਪਹਿਲੀ ਗੱਲ ਦੱਸਦਾ, ਮੈਂ ਕਦੇ ਸਿਕਿਉਰਿਟੀ ਗਾਰਡ ਲਈ ਕੰਮ ਨਹੀਂ ਕੀਤਾ, ਬਟ ਮੈਨੂੰ ਪਤਾ ਕਿ ਬਹੁਤ ਅੱਛੀ ਜੋਬ ਹੈ। ਸੋ ਮੈਂ ਇਹਦੇ ਲਈ ਪਹਿਲਾਂ ਸੁਜੈਸਟ ਕਰੂੰਗੀ, ਕੁੜੀਆਂ ਚਾਹੇ ਮੁੰਡਾ, ਡਜ਼ਨਟ ਮੈਟਰ, ਪਰ ਇਹ ਵਧੀਆ ਜੋਬ ਹੈ ਇੱਕ। ਸੋ ਇਹਦੇ ਲਈ ਮੈਂ ਇੱਥੇ ਜ਼ਿਆਦਾ ਪੁਆਇੰਟ ਐਕਸਪਲੇਨ ਨਹੀਂ ਕੀਤੇ, 3 ਪੁਆਇੰਟ, ਬਟ ਜੇ ਤੁਸੀਂ ਜਿਵੇਂ ਸਿਕਿਉਰਿਟੀ ਗਾਰਡ ਰੈਜ਼ਮੇ ਲਿਖ ਕੇ ਤੁਸੀਂ ਗੂਗਲ 'ਤੇ ਸਰਚ ਕਰੋ, ਉਹਦੇ ਵਿੱਚ ਤੁਹਾਨੂੰ ਕਾਫੀ ਪੁਆਇੰਟ ਆ ਜਾਣਗੇ, ਤਾਂ ਤੁਸੀਂ ਉਹਦੇ ਵਿੱਚੋਂ 3 ਪੁਆਇੰਟ ਕੋਈ ਵੀ ਚੱਕ ਕੇ, ਐਟਲੀਸਟ 3 ਹੋਣੇ ਚਾਹੀਦੇ, ਵੱਧ ਵੀ ਲਿਖ ਸਕਦੇ ਹੋ, ਕੋਈ ਫਰਕ ਨਹੀਂ ਪੈਂਦਾ, ਜ਼ਿਆਦਾ ਵੱਡਾ ਰਿਜ਼ਿਊਮੇ ਜ਼ਿਆਦਾ ਵੱਡਾ ਨਾ ਹੋ ਜਾਵੇ ਪੇਜਸ ਲਈ, ਆਪਾਂ 3 ਪੁਆਇੰਟ ਕਾਫੀ ਹੁੰਦੇ ਆ। 3 ਪੁਆਇੰਟਾਂ ਦੇ ਵਿੱਚ ਤੁਸੀਂ ਕੋਈ ਵੀ, ਮਤਲਬ ਕਿ ਜਿਸ ਤਰ੍ਹਾਂ ਦਾ ਤੁਸੀਂ ਐਕਸਪੀਰੀਅੰਸ ਹੈਗਾ, ਜੇ ਨਹੀਂ ਵੀ ਹੈਗਾ ਤਾਂ ਵੀ ਤੁਸੀਂ, ਮਤਲਬ ਤੁਹਾਨੂੰ ਪਤਾ ਕਿ ਤੁਸੀਂ ਜੋਬ ਕਰ ਲਓਗੇ, ਮੈਨੂੰ ਪਤਾ ਅਸੀਂ ਇੰਡੀਅਨਸ ਕਰ ਲੈਂਦੇ ਹਾਂ ਸਿਕਿਉਰਿਟੀ ਜੋਬ, ਸੋ ਮੈਨੂੰ ਭਰੋਸਾ ਆ ਤੁਹਾਡੇ 'ਤੇ, ਤਾਂ ਤੁਸੀਂ ਔਨਲਾਈਨ ਤੋਂ ਸਿਕਿਉਰਿਟੀ ਗਾਰਡ ਰੈਜ਼ਮੇ ਦੇਖ ਕੇ ਉਹਦੇ ਤੋਂ ਪੁਆਇੰਟ ਚੱਕ ਲਓ, ਬਟ ਜਿਹੜਾ ਮੇਨ ਆਪਣਾ ਓਵਰਆਲ ਪਿਕਚਰ ਇੱਦਾਂ ਦੀ ਹੋਣੀ ਚਾਹੀਦੀ ਜਿਹੜਾ ਮੈਂ ਦੱਸ ਰਹੀ ਹਾਂ। ਸੋ ਦੂਸਰੀ ਆਪਣਾ, ਜੇ ਦੂਸਰੀ ਕੰਪਨੀ ਦਾ ਨਾਮ ਲਿਖਣਾ ਆ, ਮੰਨ ਲਓ ਤੁਸੀਂ ਉਹਦੇ 'ਚ ਸਿਕਿਉਰਿਟੀ ਗਾਰਡ ਦਾ ਕੰਮ ਨਹੀਂ ਕੀਤਾ, ਜਾਂ ਤੁਸੀਂ ਕਸਟਮਰ ਸਰਵਿਸ ਦਾ ਕੰਮ ਕੀਤਾ, ਕਸਟਮਰ ਸਰਵਿਸ ਦਾ ਐਕਸਪੀਰੀਅੰਸ ਤਾਂ ਹਰ ਜੋਬ ਦੇ ਵਿੱਚ ਕੰਮ ਆਉਂਦਾ ਆ, ਈਵਨ ਕਿ ਚਾਹੇ ਤੁਸੀਂ ਫੁੱਲ ਟਾਈਮ ਜੋਬ ਕਿਉਂ ਨਹੀਂ ਅਪਲਾਈ ਕਰ ਰਹੇ, ਕਸਟਮਰ ਸਰਵਿਸ ਤਾਂ ਮਸਟ ਹੈ ਹਰੇਕ ਜੋਬ ਲਈ, ਡਜ਼ਨਟ ਮੈਟਰ। ਸੋ ਤੁਸੀਂ ਦੂਸਰਾ ਜਿਹੜਾ ਹੈਗਾ, ਤੁਸੀਂ ਕਸਟਮਰ ਸਰਵਿਸ ਦਾ ਐਕਸਪੀਰੀਅੰਸ ਪਾ ਸਕਦੇ ਹੋ, ਕੰਪਨੀ ਨੇਮ ਲਿਖ ਦਿਓ, ਕੋਈ ਵੀ ਹੋਰ ਕੰਪਨੀ ਦਾ ਜਿੱਥੇ ਤੁਸੀਂ ਕੰਮ ਕੀਤਾ ਆ, ਅਤੇ ਮੰਨ ਲਓ ਤੁਸੀਂ ਇੱਥੇ ਇੱਕ ਕੰਪਨੀ 'ਚ ਆਲਰੇਡੀ ਕੰਮ ਕਰ ਰਹੇ ਹੋ, ਤੁਸੀਂ ਹੋਰ ਕੋਈ ਜੋਬ ਲੱਭਣੀ ਹੈ, ਤਾਂ ਤੁਸੀਂ ਉੱਥੇ, ਤੁਸੀਂ ਜੇ ਤੁਸੀਂ ਕਸਟਮਰ ਸਰਵਿਸ 'ਚ ਕੰਮ ਕੀਤਾ ਆ, ਜਾਂ ਜੇ ਤੁਸੀਂ ਰੈਸਟੋਰੈਂਟ 'ਚ ਵੀ ਕੰਮ ਕੀਤਾ ਹੈ, ਤਾਂ ਵੀ ਤੁਸੀਂ ਉਹਨੂੰ ਕਸਟਮਰ ਸਰਵਿਸ ਲਿਖ ਸਕਦੇ ਹੋ, ਕਿਉਂਕਿ ਬੇਸਿਕਲੀ ਉੱਥੇ ਕਸਟਮਰ ਸਰਵਿਸ ਹੀ ਹੋ ਰਹੀ ਆ, ਤਾਂ ਤੁਸੀਂ ਰੈਸਟੋਰੈਂਟ 'ਚ ਵੀ ਲਿਖ ਦਿਓ ਕਿ ਕਸਟਮਰ ਸਰਵਿਸ ਰਿਪ੍ਰਜੈਂਟੇਟਿਵ, ਉਹਦੇ ਤੁਸੀਂ ਲਿਖ ਦਿਓ ਕਿ ਮੈਂ ਕੈਸ਼ੀਅਰ ਦਾ ਕੰਮ ਕੀਤਾ ਹੈ, ਮੈਂ ਉਹਦੇ ਵਿੱਚ ਰਜਿਸਟਰ ਮੈਨੇਜ ਕੀਤੇ ਆ, ਜਾਂ ਤੁਸੀਂ ਲਿਖ ਦਿਓ POS ਸਿਸਟਮ ਨੂੰ ਜਿਹੜਾ ਹੈਗਾ ਮੈਨੇਜ ਕੀਤਾ ਆ। POS ਸਿਸਟਮ ਜਿਹੜਾ ਹੁੰਦਾ ਨਾ, ਉਹ ਹੁੰਦਾ ਜਿੱਥੇ ਆਪਾਂ ਬਿਲਿੰਗ ਕਰਦੇ ਹਾਂ, ਮੰਨ ਲਓ ਤੁਸੀਂ ਰੈਸਟੋਰੈਂਟ 'ਚ ਜੋਬ ਅਪਲਾਈ ਕਰ ਰਹੇ ਹੋ, ਸਰਵੈਂਟ ਦੀ ਜੋਬ ਅਪਲਾਈ ਕਰ ਰਹੇ ਹੋ, ਜਾਂ
ਜਿਹੜੇ ਹੁੰਦੇ ਟੇਕ ਆਰਡਰ ਲੈਣ ਦੀ ਲਈ ਜਿਹੜੇ ਹੈਗੇ ਤੁਸੀਂ ਜੋਬ ਅਪਲਾਈ ਕਰ ਰਹੇ ਹੋ, ਤਾਂ ਉਹਦੇ ਵਿੱਚ ਤੁਸੀਂ ਜਿਹੜਾ ਹੈਗਾ ਕੈਸ਼ੀਅਰ ਦਾ ਐਕਸਪੀਰੀਅੰਸ ਪਾ ਸਕਦੇ ਹੋ, ਤੁਸੀਂ ਜਿਹੜਾ ਹੈ POS ਸਿਸਟਮ ਜਿਹੜਾ ਹੁੰਦਾ, POS ਇਨ ਕੈਪੀਟਲ, POS ਸਿਸਟਮ, ਇਹ ਜਿਹੜਾ ਹੈਗਾ ਮਸ਼ੀਨ ਹੁੰਦੀ ਆ, ਇਹਦੇ ਵਿੱਚ ਜਿਹੜੇ ਆਪਾਂ ਕੋਈ ਵੀ ਆਪਣਾ ਹੁੰਦਾ ਡੈਬਿਟ ਕਾਰਡ ਕ੍ਰੈਡਿਟ ਕਾਰਡ ਨੂੰ ਯੂਜ ਕਰਕੇ ਆਪਾਂ ਬਿੱਲ ਪੇ ਕਰਦੇ ਹਾਂ ਨਾ, ਤਾਂ ਉਹ ਤੁਹਾਨੂੰ ਬੇਸਿਕਲੀ POS ਸਿਸਟਮ ਜਿਹੜਾ ਚਲਾਉਣਾ ਆਉਣਾ ਚਾਹੀਦਾ, ਬਹੁਤ ਸੌਖਾ ਹੁੰਦਾ, ਸਿਖਾ ਦਿੰਦੇ ਆ ਇੱਕ ਦਿਨ 'ਚ ਹੀ, ਬੜਾ ਸੌਖਾ ਹੁੰਦਾ, ਤਾਂ ਉਹ ਜ਼ਰੂਰ ਲਿਖੋ ਵੀ ਤੁਹਾਨੂੰ ਉਹਦੇ 'ਚ ਐਕਸਪੀਰੀਅੰਸ ਹੈਗਾ, ਉਹ ਬਹੁਤ ਜ਼ਰੂਰੀ ਹੈ। ਅਤੇ ਇਹ ਬੇਸਿਕਲੀ ਤੁਸੀਂ ਜੇ ਤੁਸੀਂ ਕਸਟਮਰ ਸਰਵਿਸ ਲਈ ਅਪਲਾਈ ਕਰ ਰਹੇ ਹੋ ਨਾ, ਤੁਸੀਂ ਇਹਦੇ ਵਿੱਚ ਇਹ ਐਕਸਪੀਰੀਅੰਸ ਪਾ ਸਕਦੇ ਹੋ। ਸੋ ਚੌਥਾ ਜਿਹੜਾ ਆਪਣਾ ਹੈਗਾ ਜੀ ਐਜੂਕੇਸ਼ਨ, ਚੌਥਾ ਪੁਆਇੰਟ ਆਪਣਾ ਹੈਗਾ ਐਜੂਕੇਸ਼ਨ। ਐਜੂਕੇਸ਼ਨ ਦੇ ਵਿੱਚ ਤੁਸੀਂ ਮੰਨ ਲਓ ਇੰਡੀਆ ਦੇ ਵਿੱਚ ਟਵੈਲਥ ਕਰਕੇ ਆ ਰਹੇ ਹੋ, ਤਾਂ ਤੁਸੀਂ ਇੱਕ ਲਿਖ ਦੋਗੇ ਟਵੈਲਥ, ਟਵੈਲਥ ਕੀਤੀ ਆ, ਕਿੱਥੋਂ ਕੀਤੀ ਆ, ਇੰਡੀਆ ਤੋਂ ਕੀਤੀ ਆ, ਹੈ ਨਾ। ਤੁਸੀਂ ਕਾਲਜ ਦਾ ਨਾਮ ਵੀ ਲਿਖ ਸਕਦੇ ਹੋ, ਅਤੇ ਤੁਸੀਂ ਮਤਲਬ ਕਿ ਡੇਟ ਪਾ ਸਕਦੇ ਹੋ, ਅਤੇ ਜੇ ਤੁਸੀਂ ਜ਼ਿਆਦਾ ਉਹਨੂੰ ਐਕਸਪਲੇਨ ਕਰਨਾ ਤਾਂ ਇੱਕ ਦੋ ਪੁਆਇੰਟ 'ਚ ਲਿਖ ਦਿਉ, ਬਾਕੀ ਇੰਨਾ ਜ਼ਰੂਰਤ ਨਹੀਂ ਹੈਗੀ। ਇੱਕ ਦੋ ਪੁਆਇੰਟ 'ਚ ਲਿਖ ਦਿਉ ਵੀ ਟਵੈਲਥ ਕਿੱਥੋਂ ਕੀਤੀ ਆ, ਜ਼ਿਆਦਾ ਐਕਸਪਲੇਨ ਕਰਨ ਦੀ ਲੋੜ ਨਹੀਂ। ਐਜੂਕੇਸ਼ਨ, ਜੇ ਤੁਸੀਂ ਡਿਪਲੋਮਾ ਜਾਂ ਡਿਗਰੀ ਕਰਕੇ ਆਏ ਹੋ, ਤਾਂ ਤੁਸੀਂ ਉਹਦੇ ਵਿੱਚ ਲਿਖ ਸਕਦੇ ਹੋ ਕਿ ਤੁਸੀਂ ਡਿਗਰੀ ਕੀਤੀ ਆ, ਕਾਹਦੇ 'ਚ ਕੀਤੀ ਆ, ਸਿਟੀ ਕਿੱਥੋਂ ਦੀ ਆ, ਕੀ ਕਹਿੰਦੇ ਆ, ਕਿੰਨਾ ਟਾਈਮ ਦੀ ਸੀਗੀ ਡਿਗਰੀ, ਉਹ ਲਿਖ ਦਿਓ, ਹੈ ਨਾ। ਅਤੇ ਇਹ ਦੋ ਪੁਆਇੰਟ ਤੁਸੀਂ ਜੇ ਜ਼ਿਆਦਾ ਤੁਹਾਡੇ ਕੋਲ ਪੇਜ ਥੱਲੇ ਬਚਦਾ ਆ, ਤਾਂ ਤੁਸੀਂ ਉਹਦੇ 'ਚ ਥੋੜ੍ਹਾ ਬਹੁਤ ਇੱਕ ਅੱਧੀ ਲਾਈਨ ਲਿਖ ਸਕਦੇ ਹੋ, ਮਤਲਬ ਐਕਸਪਲੇਨ ਕਰਨ ਲਈ ਬੇਸਿਕਲੀ ਟਵੈਲਥ ਦੇ ਵਿੱਚ ਤੁਸੀਂ ਕੀ ਪੜ੍ਹਿਆ, ਹੈ ਨਾ, ਵਿੱਚ ਲਿਖ ਦਿਓ ਕਿ ਮੈਥ ਪੜ੍ਹੀ, ਕਮਿਸਟਰੀ ਪੜ੍ਹੀ, ਫਿਜ਼ਿਕਸ ਪੜ੍ਹੀ ਜਾਂ ਬਾਇਓ ਪੜ੍ਹੀ, ਹੈ ਨਾ। ਅਤੇ ਡਿਗਰੀ ਦੇ ਵਿੱਚ ਤੁਸੀਂ ਇਹ ਐਕਸਪਲੇਨ ਕਰ ਸਕਦੇ ਹੋ ਵੀ ਤੁਸੀਂ ਕਿਸ ਤਰ੍ਹਾਂ ਦੀ ਡਿਗਰੀ ਕੀਤੀ, ਉਹ ਐਕਸਪਲੇਨ ਕਰ ਸਕਦੇ ਹੋ ਇੱਕ ਦੋ ਪੁਆਇੰਟ ਦੇ ਵਿੱਚ। ਪੰਜਵਾਂ ਪੁਆਇੰਟ ਆਪਣਾ ਹੈਗਾ ਜੀ ਸਪੈਸ਼ਲ ਸਕਿੱਲਸ। ਮੰਨ ਲਓ ਤੁਹਾਡੇ ਕੋਲ ਕੋਈ ਐਕਸਪੀਰੀਅੰਸ ਨਹੀਂ ਹੈਗਾ, ਬਟ ਤੁਹਾਡੇ ਕੋਲ ਸਪੈਸ਼ਲ ਸਕਿੱਲਸ ਹੈਗੀਆਂ, ਹੈ ਨਾ, ਤਾਂ ਤੁਸੀਂ ਸਪੈਸ਼ਲ ਸਕਿੱਲਸ ਇਕੱਲੀਆਂ ਵੀ ਪਾ ਸਕਦੇ ਹੋ, ਬਟ ਐਕਸਪੀਰੀਅੰਸ ਮੈਟਰ ਕਰਦਾ, ਉਹਨੂੰ ਛੇਤੀ ਜੋਬ ਮਿਲਦੀ ਹੈ। ਸਪੈਸ਼ਲ ਸਕਿੱਲ ਦੇ ਵਿੱਚ ਤੁਸੀਂ, ਮੈਂ ਇੱਥੇ ਚਾਰ ਪੰਜ ਲਿਖੀਆਂ ਹੋਈਆਂ, ਪੰਚ ਵਾਲੋਂ ਜਿਵੇਂ, ਹੈ ਨਾ, ਤੁਹਾਡੇ ਕੋਲ ਹੈਗਾ, ਤੁਸੀਂ ਫਾਸਟੈਸਟ ਟਾਈਪਰ ਹੋ, ਅਤੇ ਸੇਲਸ ਪਰਸਨ ਹੋ, ਗੁੱਡ ਸੇਲਸ ਪਰਸਨ, ਡਿਪੈਂਡੇਬਲ ਐਂਡ ਡੀਟੇਲ ਓਰੀਐਂਟਡ, ਹੈ ਨਾ, ਜਿਵੇਂ ਤੁਸੀਂ ਥੋੜ੍ਹੇ ਤੋਂ ਲੋਕ ਡਿਪੈਂਡ ਹੋ ਸਕਦੇ ਆ, ਅਤੇ ਤੁਸੀਂ ਜਿਹੜੇ ਛੋਟੀਆਂ ਛੋਟੀਆਂ ਡੀਟੇਲਸ ਨੂੰ ਧਿਆਨ ਰੱਖਦੇ ਹੋ, ਕਿਉਂਕਿ ਇੱਥੇ ਨਾ ਡੀਟੇਲਸ ਦਾ ਬੜਾ ਹੈਗਾ, ਤੁਸੀਂ ਜ਼ਿਆਦਾ ਤੋਂ ਜ਼ਿਆਦਾ ਡੀਟੇਲਸ 'ਤੇ ਧਿਆਨ ਰੱਖੋਗੇ, ਤੁਹਾਨੂੰ ਜ਼ਿਆਦਾ ਵਧੀਆ ਅੱਗੇ ਪ੍ਰੋਗਰੈਸ ਹੋਊਗੀ ਤੁਹਾਡੀ ਲਾਈਫ ਦੇ ਵਿੱਚ। ਅਤੇ ਅੱਗੇ ਜਿਹੜਾ ਆਪਣਾ ਛੇਵਾਂ ਪੁਆਇੰਟ ਹੈਗਾ ਰੈਫਰੈਂਸ। ਰੈਫਰੈਂਸ ਬਹੁਤ ਜ਼ਰੂਰੀ ਹੈ, ਛੇਤੀ ਜੋਬ ਮਿਲਦੀ ਹੈ। ਰੈਫਰੈਂਸ ਦੇ ਵਿੱਚ ਮੰਨ ਲਓ ਤੁਸੀਂ ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰ ਰਹੇ ਹੋ, ਤਾਂ ਕਿਸੇ ਦਾ ਨਾਮ ਲਿਖ ਦਿਉ ਪੁੱਛ ਕੇ ਅਗਲੇ ਨੂੰ, ਅਤੇ ਜੇ ਉਹ ਬੰਦਾ, ਤਾਂ ਰੈਫਰੈਂਸ ਦੇ ਵਿੱਚ ਤੁਸੀਂ ਕਿਸੇ ਦਾ ਨਾਮ ਲਿਖ ਦਿਉ, ਫੋਨ ਨੰਬਰ ਲਿਖ ਦਿਉ, ਜਿਹਦਾ ਵੀ ਨਾਮ ਲਿਖ ਰਹੇ ਹੋ ਉਹ ਬੰਦਾ ਕੰਪਨੀ ਨਾਲ ਕਿਸੇ ਨਾ ਕਿਸੇ ਹਿਸਾਬ ਨਾਲ ਰਿਲੇਟਡ ਹੋਣਾ ਚਾਹੀਦਾ। ਸੋ ਮੈਂ ਯੂਨੀਵਰਸਿਟੀ 'ਚ ਕਦੇ ਕੰਮ ਨਹੀਂ ਕੀਤਾ, ਮੈਨੂੰ ਲੱਗਦਾ ਇੱਕ ਰੀਜ਼ਨ ਸੀਗਾ ਕਿ ਮੈਨੂੰ ਕਿਸੇ ਦੀ ਰੈਫਰੈਂਸ ਨਹੀਂ ਮਿਲੀ ਸੀਗੀ, ਕਿਉਂਕਿ ਮੈਂ ਵੀ ਪਹਿਲੀ ਵਾਰ ਆਈ ਸੀ, ਇਕੱਲੀ ਇਕੱਲੀ, ਮੈਨੂੰ ਨਹੀਂ ਮਿਲੀ ਰੈਫਰੈਂਸ ਕਿਸੇ ਦੀ, ਮੈਂ ਨਹੀਂ ਕਿਸੇ ਨੂੰ ਜਾਣਦੀ ਸੀ, ਤਾਂ ਮੈਨੂੰ ਬਾਹਰ ਹੀ ਕੰਮ ਮਿਲਿਆ ਸੀਗਾ। ਪਰ ਜੇ ਤੁਹਾਨੂੰ ਕੋਈ, ਮੈਂ ਤੁਹਾਨੂੰ ਰੈਕਮੈਂਡ ਕਰੂੰਗੀ ਕਿ ਤੁਸੀਂ ਇੱਦਾਂ ਦੇ ਥੋੜ੍ਹਾ ਬਹੁਤ ਫਰੈਂਡ ਆਪਣੇ ਗੱਲਬਾਤ ਕਰੋ, ਲੋਕਾਂ ਨਾਲ ਮਿਲੋ, ਜਿਹਤੋਂ ਤੁਸੀਂ ਰੈਫਰੈਂਸ ਲੈ ਸਕੋ। ਅਤੇ ਕਈ ਲੋਕ ਕਹਿੰਦੇ ਆ ਕਿ ਸਾਡੀ ਰੈਫਰੈਂਸ ਦੇ ਦਿਉ, ਬਟ ਉਹ ਅੱਗੇ ਜਾ ਕੇ ਜਦੋਂ ਉਹਨਾਂ ਨੂੰ ਉਹ ਪੁੱਛਦੇ ਆ ਇੰਪਲੋਇਰ ਵੀ ਤੁਸੀਂ ਉਹ ਬੰਦੇ ਨੂੰ ਜਾਣਦੇ ਹੋ, ਤਾਂ ਤੁਹਾਡਾ ਉਹ ਮੇ ਬੀ ਤੁਹਾਡਾ ਨਾਂ ਕਹਿਣ ਵੀ ਨਹੀਂ, ਮੈਨੂੰ ਤਾਂ ਪਤਾ ਨਹੀਂ, ਜਾਂ ਕੁਛ ਵੀ, ਜਾਂ ਪੁੱਛ ਵੀ ਸਕਦੇ ਆ, ਕਈ ਲੋਕ ਚੰਗੇ ਹੁੰਦੇ। ਇਹ ਡਿਪੈਂਡ ਕਰਦਾ ਕਿ ਤੁਸੀਂ ਜਿਹਦਾ ਨਾਂ ਲਿਖ ਰਹੇ ਹੋ, ਤਾਂ ਮੈਂ ਇਹ ਨਹੀਂ ਕਹਿੰਦੀ ਕਿ ਰੈਫਰੈਂਸ ਦੀ ਇੱਥੇ, ਇਹ ਥੋੜ੍ਹਾ ਜਿਹਾ ਨਾ ਕੁਐਸ਼ਨੇਬਲ ਜਿਹਾ ਉਹ ਆ, ਬਟ ਜੇ ਤੁਹਾਨੂੰ ਰੈਫਰੈਂਸ ਮਿਲਦੀ ਹੈ ਤਾਂ ਵਧੀਆ ਗੱਲ ਹੈ। ਅਤੇ ਬਾਕੀ ਉਹਨਾਂ ਦੀ ਰਿਕੁਆਇਰਮੈਂਟ 'ਤੇ ਵੀ ਡਿਪੈਂਡ ਕਰਦਾ, ਜੇ ਉਹ ਜੋਬ ਲੱਭ ਰਹੀ ਹੈ ਕਿਸੇ ਨੂੰ, ਤਾਂ ਜੋਬ ਤੁਹਾਨੂੰ ਜ਼ਰੂਰ ਮਿਲੂਗੀ। ਅਤੇ ਰੈਫਰੈਂਸ 'ਤੇ ਇਕੱਲਾ ਇਹ ਸੋਚ ਕੇ ਨਾ ਜ਼ਿਆਦਾ ਉਹ ਕਰਿਓ ਫੋਕਸ ਵੀ, ਮੈਨੂੰ ਤਾਂ ਕੋਈ ਜਾਣਦਾ ਨਹੀਂ, ਮੈਨੂੰ ਤਾਂ ਜੋਬ ਹੀ ਨਹੀਂ ਮਿਲਣੀ, ਮੈਂ ਤੁਹਾਡੇ ਸਾਹਮਣੇ ਬੈਠੀ ਹਾਂ, ਮੈਨੂੰ ਵੀ ਕੋਈ ਖਾਸ ਨਹੀਂ ਰੈਫਰੈਂਸ ਨਹੀਂ ਮਿਲੀ ਸੀਗੀ, ਮੈਂ ਆਪੇ ਜੋਬ ਲੱਭੀ ਹੈਗੀ, ਅਤੇ ਤੁਹਾਨੂੰ ਵੀ ਜੋਬ ਮਿਲ ਜੂਗੀ, ਜੇ ਮੈਨੂੰ ਮਿਲ ਸਕਦੀ ਹੈਗੀ ਤਾਂ ਤੁਹਾਨੂੰ ਵੀ ਮਿਲ ਜੂਗੀ। ਟਰਾਈ ਕਰਦੇ ਰਹੋ, ਜਿਵੇਂ ਤੁਹਾਨੂੰ ਐਕਸਪਲੇਨ ਕੀਤਾ, ਇਹ 6 ਚੀਜ਼ਾਂ ਜ਼ਰੂਰ ਯਾਦ ਰੱਖੋ, ਆਪਣਾ ਕੰਟੈਕਟ ਇਨਫੋਰਮੇਸ਼ਨ ਦਿਉ ਤਾਂ ਕਿ ਉਹ ਕੰਟੈਕਟ ਕਰ ਲੈਣ, ਤੁਹਾਨੂੰ ਫੋਨ ਵੀ ਕਰ ਸਕਦੇ, ਈਮੇਲ ਵੀ ਕਰ ਸਕਦੇ, ਜ਼ਿਆਦਾਤਰ ਫੋਨ ਕਰਦੇ ਆ। ਫਿਰ ਦੂਸਰਾ ਆਪਣਾ ਹੈਗਾ ਜਿਹੜਾ ਕਰੀਅਰ ਓਬਜੈਕਟਿਵ, ਫਿਰ ਆਪਾਂ ਲਿਖ ਦਾਂਗੇ ਆਪਣਾ ਵਰਕ ਐਕਸਪੀਰੀਅੰਸ, ਫਿਰ ਐਜੂਕੇਸ਼ਨ, ਐਜੂਕੇਸ਼ਨ ਦੇ ਵਿੱਚ ਵੀ ਪਹਿਲਾਂ ਲੇਟੈਸਟ ਲਿਖਣਾ, ਫਿਰ ਉਸ ਤੋਂ ਅਗਲੀ ਜਿਹੜਾ ਆਪਾਂ ਕੀਤਾ। ਮੰਨ ਲਓ ਤੁਸੀਂ ਡਿਗਰੀ ਕੀਤੀ ਆ, ਤਾਂ ਤੁਸੀਂ ਡਿਗਰੀ ਪਹਿਲਾਂ ਲਿਖੋਗੇ, ਫਿਰ ਤੁਸੀਂ ਲਿਖੋਗੇ ਪਲੱਸ ਟੂ, ਜੇ ਤੁਸੀਂ ਇਕੱਲੀ ਪਲੱਸ ਟੂ ਕੀਤੀ ਤਾਂ ਇਕੱਲੀ ਪਲੱਸ ਟੂ ਲਿਖ ਦਿਉ, ਕੋਈ ਜ਼ਿਆਦਾ ਹੋਰ ਲਿਖਣ ਦੀ ਲੋੜ ਨਹੀਂ। ਫਿਰ ਤੁਸੀਂ ਸਪੈਸ਼ਲ ਸਕਿੱਲਸ ਲਿਖ ਸਕਦੇ ਹੋ, ਉਹਦੇ 'ਚ ਤੁਹਾਡੇ ਜਿਵੇਂ ਇੱਕ ਤਰ੍ਹਾਂ ਦਾ
ਕੋਈ ਐਕਸਪੀਰੀਅੰਸ ਦੇ ਨਾਲ ਨਾਲ ਤੁਹਾਨੂੰ ਅਲੱਗ ਤੋਂ ਵੀ ਇੱਕ ਅਲੱਗ ਥੋੜ੍ਹੀ ਸਕਿੱਲਸ ਹੈ ਉਹ ਨਾ ਉਹ ਤਾਂ ਉਹ ਵੀ ਤੁਸੀਂ ਲਿਖ ਸਕਦੇ ਹੋ। ਅਤੇ ਰੈਫਰੈਂਸ ਦੇ ਵਿੱਚ ਜੇ ਕਿਸੇ ਕੋਲ ਰੈਫਰੈਂਸ ਹੈਗੀ ਹੈ ਅਤੇ ਉਹ ਕਾਊਂਟ ਕਰਦੇ ਆ ਰੈਫਰੈਂਸ ਨੂੰ, ਤਾਂ ਤੁਸੀਂ ਰੈਫਰੈਂਸ ਵੀ ਲਿਖ ਸਕਦੇ ਹੋ। ਜੇ ਤੁਹਾਡੇ ਕੋਲ ਨਹੀਂ ਹੈਗੀ ਤਾਂ ਵੀ ਕੋਈ ਗੱਲ ਨਹੀਂ, ਪਰ ਜੇ ਤੁਸੀਂ ਨਵੇਂ ਨਵੇਂ ਹੋ ਤਾਂ ਕਿਸੇ ਨਾ ਕਿਸੇ ਦੀ ਰੈਫਰੈਂਸ ਜ਼ਰੂਰ ਲਓ ਅਤੇ ਤੁਹਾਨੂੰ ਜ਼ਰੂਰ ਜੋਬ ਮਿਲ ਜੂਗੀ। ਅਤੇ ਆਈ ਹੋਪ ਕਿ ਤੁਹਾਨੂੰ ਇਹ ਛੋਟਾ ਜਿਹਾ ਓਵਰਵਿਊ ਪਸੰਦ ਆਇਆ ਹੋਊਗਾ, ਤੁਹਾਡੀ ਹੈਲਪ ਹੋਈ ਹੋਊਗੀ। ਜੇ ਤੁਹਾਨੂੰ ਕੋਈ ਹੋਰ ਮੇਰੇ ਤੋਂ ਸਵਾਲ ਹੈਗਾ ਤਾਂ ਪਲੀਜ਼ ਕਮੈਂਟ ਕਰਕੇ ਪੁੱਛ ਲਓ, ਮੈਂ ਤੁਹਾਨੂੰ ਅਗਲੀ ਵੀਡੀਓ 'ਚ ਮਿਲਦੀ ਹਾਂ। ਆਪਣੇ ਸੋਹਣੇ ਸੋਹਣੇ ਕਮੈਂਟ ਮੈਨੂੰ ਛੱਡ ਦਿਓ ਅਤੇ ਮੈਂ ਤੁਹਾਨੂੰ ਅਗਲੀ ਵੀਡੀਓ 'ਚ ਮਿਲਦੀ ਹਾਂ। ਅਤੇ ਮੇਰੀ ਵੀਡੀਓ ਨੂੰ ਲਾਈਕ ਕਰਨਾ ਨਹੀਂ ਭੁੱਲਣਾ, ਸ਼ੇਅਰ ਕਰਨਾ ਨਹੀਂ ਭੁੱਲਣਾ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ। ਅਤੇ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਮਿਲਦੀ ਹਾਂ। ਸਤਿ ਸ਼੍ਰੀ ਅਕਾਲ।